ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ। ਕਪੂਰਥਲਾ ਦੇ ਕਾਂਗਰਸੀ ਕੌਂਸਲਰ ਸੁਰਿੰਦਰਪਾਲ ਖਾਲਸਾ ਆਖਿਰ ਸੀਵਰੇਜ ਸਫਾਈ ਕਰਮਚਾਰੀਆਂ ਨੂੰ ਸਸਪੈਂਡ ਕਰਵਾਉਣ ਤੇ ਕਿਉਂ ਅੜੇ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਨਗਰ ਕੌਂਸਲ ਕਪੂਰਥਲਾ ਦੇ ਆਈਓ ਆਦਰਸ਼ ਸ਼ਰਮਾ ਦੇ ਕਹਿਣ ਤੇ ਮਾਰਕ ਫੈਡ ਇਲਾਕੇ ਵਿੱਚ ਬੰਦ ਪਏ ਸੀਵਰੇਜ ਨੂੰ ਖੋਲਣ ਵਾਸਤੇ ਸੀਵਰੇਜ ਕਰਮਚਾਰੀ ਉਸ ਇਲਾਕੇ ਵਿੱਚ ਪਹੁੰਚੇ ਜਿੱਥੇ ਉਨ੍ਹਾਂ ਨੂੰ ਕਿਤੇ ਵੀ ਸੀਵਰੇਜ ਦੇ ਟੱਕਣ ਨਜ਼ਰ ਨਹੀਂ ਆਏ। ਪੜਤਾਲ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਸੀਵਰੇਜ ਦੇ ਟੱਕਣ ਜਿਹੜੀ ਨਵੀਂ ਸੜਕ ਬਣਾਈ ਗਈ ਸੀ ਉਸ ਦੇ ਥੱਲੇ ਦੱਬ ਦਿੱਤੇ ਗਏ ਨੇ। ਸੜਕ ਦੇ ਥੱਲੇ ਸੀਵਰੇਜ ਦੇ ਟੱਕਣ ਮਿਲਣ ਦੇ ਚੱਲਦਿਆਂ ਉਨ੍ਹਾਂ ਨੂੰ ਸੜਕ ਦੇ ਉੱਤੋਂ ਥੋੜੀ ਥੋੜੀ ਪੁਟਾਈ ਕਰਕੇ ਸੀਵਰੇਜ ਦੇ ਟੱਕਣ ਖੋਲ ਕੇ ਸੀਵਰੇਜ ਦੀ ਸਫਾਈ ਕਰਕੇ ਉਸ ਨੂੰ ਸੁਚਾਰੂ ਰੂਪ ਨਾਲ ਚਾਲੂ ਕਰ ਦਿੱਤਾ ਗਿਆ। ਪਰ ਸੜਕ ਦੀ ਹੋਈ ਪੁਟਾਈ ਵੇਖ ਕੇ ਇਲਾਕੇ ਦੇ ਕਾਂਗਰਸੀ ਕੌਂਸਲਰ ਸੁਰਿੰਦਰਪਾਲ ਖਾਲਸਾ ਅੱਗ ਬਬੂਲਾ ਹੋ ਗਏ ਅਤੇ ਆਪਣੇ ਸਾਥੀਆਂ ਦੇ ਨਾਲ ਨਗਰ ਕੌਂਸਲ ਕਪੂਰਥਲਾ ਅਧਿਆਕਸ਼ ਮੈਡਮ ਅੰਮ੍ਰਿਤਪਾਲ ਕੌਰ ਦੇ ਦਫ਼ਤਰ ਪਹੁੰਚ ਗਏ, ਜਿੱਥੇ ਨਗਰ ਕੌਂਸਲ ਕਪੂਰਥਲਾ ਦੇ ਈਓ ਆਦਰਸ਼ ਸ਼ਰਮਾ ਵੀ ਮੌਜੂਦ ਸਨ। ਕਾਂਗਰਸੀ ਕੌਂਸਲਰ ਨੇ ਸਫਾਈ ਦੌਰਾਨ ਪੁੱਟੀ ਗਈ ਸੜਕ ਨੂੰ ਲੈ ਕੇ ਇੰਨੀ ਗਰਮੀ ਵਿਖਾਈ ਕਿ ਸੀਵਰੇਜ ਸਫਾਈ ਕਰਮਚਾਰੀਆਂ ਨੂੰ ਸੜਕ ਦੀ ਪੁਟਾਈ ਕਰਨ ਕਰਕੇ ਦੋਸ਼ੀ ਕਰਾਰ ਦੇ ਕੇ ਸਸਪੈਂਡ ਤੱਕ ਕਰਨ ਦੀ ਮੰਗ ਕਰ ਦਿੱਤੀ ਤੇ ਕਾਂਗਰਸੀ ਕੌਂਸਲਰ ਦੀ ਇਸ ਮੰਗ ਨੂੰ ਸੁਣਦਿਆਂ ਹੀ ਸਮੂਹ ਸੀਵਰੇਜ ਸਫਾਈ ਕਰਮਚਾਰੀ ਨਗਰ ਕੌਂਸਲ ਕਪੂਰਥਲਾ ਦੇ ਦਫ਼ਤਰ ਦੇ ਬਾਹਰ ਕਾਂਗਰਸੀ ਕੌਂਸਲਰ ਅਤੇ ਈਓ ਖਿਲਾਫ਼ ਧਰਨਾ ਰੋਸ ਪ੍ਰਦਰਸ਼ਨ ਕਰਨ ਬੈਠ ਗਏ। ਮੈਨੂੰ ਭੇਜਿਆ ਕਿ ਜਾ ਕੇ 9 ਨੰਬਰ ਗਲੀ ਦਾ ਸੀਵਰ ਬੰਦ ਵਾ, ਉਹ ਸੀਵਰ ਚਲਾਓ, ਤੇ ਇਹਨੇ ਭੇਜ ਦਿੱਤਾ ਸਾਨੂੰ ਖਾਲਸੇ ਦੇ ਘਰ। ਅਸੀਂ ਖਾਲਸੇ ਦੇ ਘਰ ਗਿਆ ਤੇ ਮੈਂ ਕਾਲੇ ਨੂੰ ਕਿਹਾ, ਮੈਂ ਕਿਹਾ ਜਾ ਕਾਲੇ, ਉਹ ਕਹਿੰਦਾ ਨੰਬਰ ਲਿਆ। ਮੈਂ ਇੱਥੇ ਗੱਡੀ ਖੜੀ, ਬਿੱਟੂ ਭਾਜੀ ਵੀ ਬਾਹਰ ਹੀ ਖੜੇ ਸੀਗੇ, ਅਸੀਂ ਸਾਰੇ ਮੁਲਾਜ਼ਮ ਬਾਹਰ ਖੜੇ ਸੀਗੇ ਤੇ ਇਹਦੇ ਘਰੋਂ ਨੰਬਰ ਲੈਣ ਗਿਆ, ਇਹਨੇ ਨੰਬਰ ਵੀ ਨਹੀਂ ਦਿੱਤਾ ਸਾਨੂੰ। ਇਹ ਕਹਿੰਦਾ ਦਰਸ਼ਨ ਸਿੰਘ ਠੇਕੇਦਾਰ ਵਾਲੀ ਗਲੀ ਬੰਦ ਪਈ ਆ, ਉਹਦੇ ਵਿੱਚੋਂ ਪਾਣੀ ਬਾਹਰ ਨਿਕਲਦਾ ਸੀ, 12 ਨੰਬਰ, 9 ਨੰਬਰ, 5 ਨੰਬਰ, ਸਾਰਾ ਏਰੀਆ ਬੰਦ ਪਿਆ ਸੀ ਤੇ ਪਾਣੀ ਮਾਰਾ ਐਡਾ ਛਾਲਾ ਮਾਰਦਾ ਸੀ ਉੱਪਰ ਦੀ। ਜਦੋਂ ਅਸੀਂ ਉਸ ਲੈਨ ਨੂੰ ਮਾਰਾ ਲਾਈ ਮਸ਼ੀਨ ਤੇ ਅਗਲਾ ਵੀ ਮੈਨਹੋਲ ਬੰਦ, ਜਦੋਂ ਅਸੀਂ ਅਗਲਾ ਪੱਟਿਆ ਉੱਥੋਂ ਅਗਲੇ ਢੱਕਣ ਨਹੀਂ ਸਾਨੂੰ ਲੱਭੇ। ਅਸੀਂ ਇਹਨਾਂ ਨੂੰ ਜਵਾਬ ਦਿੱਤਾ ਕਿ ਇਹ ਨਹੀਂ ਖੁੱਲਣੀ ਹੈਗੀ, ਅਗਲੇ ਢੱਕਣ ਬਾਹਰ ਕੱਢਣੇ ਪੈਣੇ ਆ। ਫਿਰ ਮੈਂ ਈਓ ਸਾਹਿਬ ਨੂੰ ਬੈਕ ਕਾਲ ਕੀਤੀ ਵੀ ਸਰ ਜੀ ਸਾਨੂੰ ਜੇਸੀਬੀ ਮਸ਼ੀਨ ਭੇਜੋ। ਈਓ ਸਾਹਿਬ ਕਹਿੰਦੇ ਕਿ ਤੂੰ ਉਹਨੂੰ ਜੇਸੀਬੀ ਵਾਲੇ ਨੂੰ ਆਪ ਕਹਿ ਦੇ ਤੇ ਉਹਨੇ ਆ ਜਾਣਾ ਵਾ ਉੱਥੇ ਤੇਰੇ ਕਹਿਣ ਤੇ। ਤੇ ਮੈਂ ਉਹਨੂੰ ਛੱਡਿਆ, ਮੈਂ ਉਹਨੂੰ ਕਿਹਾ ਪੰਡਿਤ ਜੀ ਆ ਜਾਓ, ਉਹ ਕਹਿੰਦਾ ਮੈਂ ਉੱਥੇ ਅੱਧਾ ਘੰਟਾ ਬਹਿ ਕੇ ਆ ਗਿਆ ਵਾਂ, ਤੁਹਾਡਾ ਕੋਈ ਮੁਲਾਜ਼ਮ ਨਹੀਂ ਸੀ ਉੱਥੇ। ਤੇ ਮੈਂ ਜਤੀਮ ਖਾਨੇ ਸੀਵਰ ਖੋਲਣ ਡਿਆ ਹੋਇਆ ਸੀਗਾ। ਮੈਂ ਉੱਥੋਂ 2 ਵਜੇ 2:30 ਵਜੇ ਉੱਥੋਂ ਆਇਆ, ਫਿਰ ਪੰਡਿਤ ਜੀ ਉੱਥੇ ਆਏ, ਫਿਰ ਉਹਨਾਂ ਨੇ ਢੱਕਣ ਪੱਟੇ ਤਾਂ ਫਿਰ ਢੱਕਣ ਵੀ ਐਵੇਂ ਭੋਰਾ ਭੋਰਾ ਢੱਕਣ, ਮਤਲਬ ਮਾੜੀ ਮਾੜੀ ਲੁੱਕ ਪੱਟੀ, ਤਾਂ ਫਿਰ ਜਾ ਕੇ ਉਹ ਸਾਰੇ ਢੱਕਣ ਕੱਢੇ। 6 ਨੰਬਰ ਗਲੀ ਦੇ ਉੱਤੋਂ ਨੁੱਕਰ ਤੋਂ ਬੰਦ ਸੀਗਾ ਇਹ, ਉੱਥੋਂ ਲਾ ਕੇ ਜੇਸੀਬੀ ਅਸੀਂ ਮਸ਼ੀਨ ਨਾਲ ਢੱਕਣ ਕੱਢ ਕੇ ਫਿਰ ਅਸੀਂ ਜਾ ਕੇ ਉਹਨੂੰ ਸੀਵਰ ਖੋਲਿਆ। ਨਹੀਂ ਹੁਣ ਜਿੱਦਾਂ ਕਿ ਈਓ ਸਾਹਿਬ ਕਹਿ ਰਹੇ ਕਾਰਵਾਈ ਦੀ ਗੱਲ ਕਰ ਰਹੇ, ਕੀ ਕਹਿਣਾ ਚਾਹੋਗੇ ਇਸ ਬਾਰੇ? ਜੇ ਇਹ ਕਹਿੰਦੇ ਸਸਪੈਂਡ ਕਰਨ ਦਿਓ, ਕਰਨ ਦਿਓ, ਕਰਨ ਦਿਓ, ਕੰਮ ਨਹੀਂ ਕਰਨਗੇ। ਅਸੀਂ ਕਿਹੜਾ ਘਰ ਦਾ ਕੰਮ ਕੀਤਾ, ਸਰਕਾਰੀ ਕੰਮ ਕਰਨਗੇ ਸੀ, ਇਹਨਾਂ ਨੇ ਕਹਿਣ ਤੇ ਕੰਮ ਕੀਤਾ, ਇਹ ਆਪਣੇ ਘਰ ਦਾ ਕੰਮ ਨਹੀਂ ਕੀਤਾ। ਜੇ ਸਾਡੇ ਘਰ ਦਾ ਕੰਮ ਹੁੰਦਾ ਰੁਪਏ ਤਾਂ ਅਸੀਂ ਨਾ ਹੀ ਪੜਦੇ, ਸਾਨੂੰ ਕੀ ਲੋੜ ਸੀ? ਰਹਿੰਦਾ ਬੰਦ ਮਹੱਲਾ ਰਹਿਣ ਦਿਓ, ਇਹ ਢੱਕਣ ਪੱਟਾਂਗੇ ਤਾਂ ਸੀਵਰ ਖੁੱਲਣਾ ਵਾ, ਇਹ ਢੱਕਣ ਨਹੀਂ ਪੱਟਾਂਗੇ ਸੀਵਰ ਕਿੱਦਾਂ ਖੁੱਲ ਜੂਗਾ? ਤੁਹਾਡੇ ਇੱਕ ਜਿਹੜਾ ਸਫਾਈ ਕਰਮਚਾਰੀ ਆ ਉਹ 'ਚ ਜਿਹੜੀ ਕਾਰਵਾਈ ਕੀਤੀ ਜਾ, ਕੀ ਕਹਿਣਾ ਚਾਹੋਗੇ, ਕੀ ਗੱਲ ਸੀ ਸਾਰੀ? ਜੀ ਪ੍ਰਸ਼ਾਸਨ ਦੇ ਇਹਨਾਂ ਨੂੰ ਸੀਵਰ ਖੋਲਣ ਲਈ ਭੇਜਿਆ, ਉੱਥੇ ਢੱਕਣਾਂ ਦੀ ਕੋਈ ਪਟਪਟਾਈ ਹੋਈ ਆ, ਉਹਦਾ ਕਰਕੇ ਪ੍ਰਸ਼ਾਸਨ ਨੇ ਐਲੀਗੇਸ਼ਨ ਲਾਇਆ ਆ। ਜਦਕਿ ਜਦੋਂ ਰੋਡ ਪਾਏ ਜਾਂਦੇ ਆ ਢੱਕਣ ਉਦੋਂ ਹੀ ਓਪਨ ਕਰਕੇ ਰੱਖਣੇ ਚਾਹੀਦੇ ਆ, ਪਹਿਲਾਂ ਕੋਈ ਚੈੱਕ ਨਹੀਂ ਕਰਦਾ ਆ। ਇਸ ਕਰਕੇ ਜਦੋਂ ਵੀ ਸੀਵਰ ਕੋਈ ਖੋਲ੍ਹਣਾ, ਢੱਕਣ ਖੁੱਲੂਗਾ ਤਾਂ ਪਤਾ ਲੱਗੂਗਾ ਕਿੱਥੋਂ ਬੰਦ ਆ। ਜੋ ਵੀ ਇਹਨਾਂ ਨਾਲ ਧੱਕਾ ਹੋਊਗਾ ਉਹਦਾ ਮੂੰਹ ਤੋਂ ਜਵਾਬ ਦਿੱਤਾ ਜਾਊਗਾ। ਇਸ ਟਾਈਮ ਅਸੀਂ ਹੁਣ ਪ੍ਰਸ਼ਾਸਨ ਨਾਲ ਗੱਲ ਕਰਕੇ ਉਸ ਤੋਂ ਬਾਅਦ ਅਗਲੀ ਕਾਰਵਾਈ ਦੱਸਾਂਗੇ। ਠੀਕ ਹੈ। ਸੁਰਿੰਦਰਪਾਲ ਸਿੰਘ ਖਾਲਸਾ ਸਰ, ਕੀ ਮਾਮਲਾ ਸਰ? ਪਹਿਲਾਂ ਤਾਂ ਸਾਰਿਆਂ ਨੂੰ ਇਹ
ਉਹਦੀ ਅਸੀਂ ਅੱਜ ਕੰਪਲੇਂਟ ਲੈ ਕੇ ਆਏ ਸੀਗੇ, ਠੀਕ ਹੈ ਜੀ, ਉਸ ਨੂੰ ਮਿਲੇ ਹਾਂ ਅਤੇ ਉਹਦੇ ਬਾਰੇ ਇਹਨਾਂ ਨੂੰ ਦੱਸਿਆ ਵੀ ਇਹਦਾ ਜੋ ਵੀ ਗਲਤ ਕੀਤਾ ਉਹ ਠੀਕ ਕੀਤਾ ਜਾਵੇ ਅਤੇ ਜਿਹੜੇ ਕੋਈ ਮੁਲਾਜ਼ਮ ਇਸ ਤਰ੍ਹਾਂ ਗਲਤ ਕਰਦੇ ਆ ਉਹਨਾਂ ਨੂੰ ਜਾ ਕੇ ਸੁਧਾਰ ਉਹਨਾਂ ਦਾ ਕੀਤਾ ਜਾਵੇ। ਦੂਸਰੇ ਨੰਬਰ 'ਤੇ ਅੰਮ੍ਰਿਤ ਬਾਜ਼ਾਰ ਦੇ ਜਿਹੜੇ ਇਤਿਹਾਸਿਕ ਢੱਕਣ ਹੈਗੇ ਆ ਲੋਹੇ ਮਹਾਰਾਜ ਦੇ ਵੇਲੇ ਦੇ, ਉਹ ਵੀ ਉੱਥੇ ਨਹੀਂ ਦਿਸ ਰਹੇ ਔਰ ਕੋਈ ਵੀ ਮਿਸਅਪ ਨਹੀਂ ਹੋ ਰਹੀ ਆ, ਅਤੇ ਉਹ ਜਿਹੜੀ ਹਿਸਟੋਰੀਕਲ ਢੱਕਣ ਹੈਗੇ ਆ ਉਹਨਾਂ ਨੂੰ ਇਹ ਕਮੇਟੀ ਨੂੰ ਲੱਭਣੇ ਚਾਹੀਦੇ ਔਰ ਆਪਣੇ ਸਕੂਲ 'ਚ ਲੈ ਕੇ ਰਿਕਾਰਡ 'ਚ ਲੈ ਕੇ ਕੱਲ੍ਹ ਨੂੰ ਹਿਸਟੋਰੀਕਲ ਪਲੇਸ 'ਤੇ ਉਹਨਾਂ ਨੂੰ ਰੱਖਣਾ। ਇਹ ਜਿਹੜੀਆਂ ਗੱਲਾਂ ਆਪਾਂ ਯੂ ਸਾਹਿਬ ਅਤੇ ਪ੍ਰਧਾਨ ਜੀ ਨਾਲ ਕੀਤੀਆਂ ਅਤੇ ਗਾਂਹ ਤੋਂ ਇਹਦੀਆਂ ਗੱਲਾਂ ਜਿਹੜੀਆਂ ਉਹ ਨਹੀਂ ਹੋਈਆਂ। ਸਰ ਜਿਹੜੀ ਮੈਂ ਗੱਲ ਕੀਤੀ ਤੁਹਾਡੀ ਵਾਰਡ ਦੀ ਸੀ, ਸਾਰੀ ਸਮੱਸਿਆ ਕੀ ਹੱਲ ਕੀਤਾ ਜਾਵੇ ਨਗਰ ਕੌਂਸਲ ਕੀ ਉਹਦੇ ਲਈ ਜਿਹੜਾ ਆ ਸੀਵਰੇਜ ਦੀ ਸਫਾਈ ਸਫੂਈ ਜਿਹੜੀ ਆ ਉਹ ਰੈਗੂਲਰ ਕੀਤੀ ਜਾਵੇ ਅਤੇ ਉਹਦੇ ਨਾਲ ਠੀਕ ਹੋ ਸਕਦਾ ਇੱਕ ਵਾਰ ਸਾਡੇ ਚੈੱਕ ਕਰਾਓ ਮੁੰਡੇ ਨੂੰ। ਕਾਂਗਰਸੀ ਕੌਂਸਲਰ ਸੰਦੀਪ ਪਾਲ ਖਾਲਸਾ ਵੱਲੋਂ ਸੀਵਰੇਜ ਸਫਾਈ ਕਰਮਚਾਰੀਆਂ ਨੂੰ ਸਸਪੈਂਡ ਕਰਨ ਦੀ ਮੰਗ ਨੂੰ ਲੈ ਕੇ ਸੀਵਰੇਜ ਸਫਾਈ ਕਰਮਚਾਰੀਆਂ ਨੇ ਕਿਹਾ ਕਿ ਉਹਨਾਂ ਨੇ ਕਿਹੜਾ ਆਪਣੀ ਮਰਜ਼ੀ ਦੇ ਨਾਲ ਸੜਕ ਦੀ ਪੁਟਾਈ ਕੀਤੀ ਹੈ। ਨਗਰ ਕੌਂਸਲ ਕਪੂਰਥਲਾ ਦੇ ਈਓ ਆਦਰਸ਼ ਸ਼ਰਮਾ ਦੇ ਆਦੇਸ਼ਾਂ ਦੇ ਉੱਤੇ ਹੀ ਉਹਨਾਂ ਨੇ ਸੀਵਰੇਜ ਖੋਲਣ ਦਾ ਕੰਮ ਕੀਤਾ ਸੀ, ਉਹਨਾਂ ਦੇ ਆਦੇਸ਼ਾਂ ਤੇ ਹੀ ਉਹਨਾਂ ਨੇ ਪੁਟਾਈ ਕੀਤੀ ਸੀ ਤੇ ਜਦੋਂ ਉਹਨਾਂ ਨੂੰ ਸੀਵਰੇਜ ਦੇ ਢੱਕਣ ਕਿਤੇ ਨਹੀਂ ਮਿਲੇ ਉਸ ਤੋਂ ਬਾਅਦ ਹੀ ਸੜਕ ਪੁੱਟ ਕੇ ਸੀਵਰੇਜ ਦੇ ਢੱਕਣ ਲੱਭ ਕੇ ਸੀਵਰੇਜ ਸਾਫ਼ ਕੀਤਾ ਗਿਆ ਤੇ ਸਫਾਈ ਕਰਮਚਾਰੀਆਂ ਨੇ ਸਾਫ਼ ਤੌਰ ਤੇ ਕਿਹਾ ਕਿ ਉਹਨਾਂ ਨੇ ਤਾਂ ਸਰਕਾਰੀ ਕੰਮ ਕੀਤਾ ਹੈ, ਆਪਣਾ ਫਰਜ਼ ਨਿਭਾਇਆ ਹੈ, ਅਸਲ ਗਲਤੀ ਉਸ ਇਨਸਾਨ ਦੀ ਹੈ, ਉਸ ਠੇਕੇਦਾਰ ਦੀ ਹੈ ਜਿਸਨੇ ਇਹ ਸੜਕ ਬਣਾਈ, ਕਿਉਂਕਿ ਉਸਨੇ ਸੜਕ ਬਣਾਉਂਦਿਆਂ ਹੋਇਆਂ ਸੀਵਰੇਜ ਦੇ ਢੱਕਣਾਂ ਦਾ ਧਿਆਨ ਨਾ ਰੱਖਦਿਆਂ ਸਾਰੇ ਹੀ ਸੀਵਰੇਜ ਦੇ ਢੱਕਣ ਸੜਕ ਦੇ ਥੱਲੇ ਦੱਬ ਦਿੱਤੇ ਅਤੇ ਢੱਕਣਾਂ ਦੇ ਉੱਤੋਂ ਹੀ ਸੜਕ ਬਣਾ ਦਿੱਤੀ। ਹੁਣ ਤੁਸੀਂ ਦੱਸੋ ਆਖਿਰ ਬੰਦ ਢੱਕਣਾਂ ਦੇ ਨਾਲ ਸੀਵਰੇਜ ਦੀ ਸਫਾਈ ਕਿੱਦਾਂ ਹੋ ਸਕਦੀ ਹੈ? ਉਧਰ ਨਗਰ ਪਾਲਿਕਾ ਕਰਮਚਾਰੀ ਸੰਗਠਨ ਦੇ ਪੰਜਾਬ ਅਧਿਆਕਸ਼ ਗੋਪਾਲ ਥਾਪਰ ਨੇ ਸਾਫ਼ ਤੌਰ ਤੇ ਇਹ ਕਿਹਾ ਕਿ ਜੇਕਰ ਕਰਮਚਾਰੀਆਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਕੀਤਾ ਜਾਂਦਾ ਹੈ ਤਾਂ ਧੱਕਾ ਕਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਜੇਕਰ ਇਸ ਸਾਰੇ ਮਸਲੇ ਵੱਲ ਨਜ਼ਰ ਮਾਰ ਕੇ ਦੇਖੀ ਜਾਵੇ ਤਾਂ ਸਫਾਈ ਕਰਮਚਾਰੀਆਂ ਦੀ ਇਸ ਵਿੱਚ ਕੋਈ ਗਲਤੀ ਨਹੀਂ ਲੱਗਦੀ, ਗਲਤੀ ਉਸ ਠੇਕੇਦਾਰ ਦੀ ਹੈ ਜਿਸਨੇ ਸੜਕ ਬਣਾਈ ਅਤੇ ਉਸ ਦੇ ਵਿੱਚ ਉਹਨਾਂ ਬਾਰੀਕੀਆਂ ਦਾ ਧਿਆਨ ਨਹੀਂ ਰੱਖਿਆ ਗਿਆ ਜਿਹਨਾਂ ਦਾ ਰੱਖਣਾ ਚਾਹੀਦਾ ਸੀ। ਸੀਵਰੇਜ ਦੇ ਢੱਕਣਾਂ ਦੇ ਉੱਤੋਂ ਹੀ ਸੜਕ ਬਣਾ ਦਿੱਤੀ ਗਈ। ਕਾਂਗਰਸੀ ਕੌਂਸਲਰ ਨੂੰ ਵੀ ਚਾਹੀਦਾ ਹੈ ਕਿ ਉਹ ਸਮਝਦਾਰੀ ਦੇ ਨਾਲ ਫੈਸਲਾ ਲੈਣ, ਨਾ ਕਿ ਤੈਸ਼ ਵਿੱਚ ਆ ਕੇ ਕਿਸੇ ਗਰੀਬ ਦੇ ਨਾਲ ਧੱਕਾ ਕੀਤਾ ਜਾਵੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਕਪੂਰਥਲਾ ਤੋਂ ਨਿਰਮਲ ਸਿੰਘ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।